ਅਤੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰ ਮੂਹਰੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਧਰਨੇ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰ ਵਿਰੋਧੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ। ਉਹਨਾਂ ਆਖਿਆ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਕਰ ਬਿਜਲੀ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੀ ਜਾ ਰਹੀ ਹੈ। ਉਹਨਾਂ ਆਖਿਆ ਕਿ ਖੇਤੀ ਮੋਟਰਾਂ ਉੱਤੇ ਬਿਜਲੀ ਦੇ ਮੀਟਰ ਲਗਾਉਣ ਦੀ ਪ੍ਰਪੋਜ਼ਲ ਰੱਦ ਕੀਤੀ ਜਾਵੇ। ਸਾਰੇ ਫਸਲਾਂ ਦੇ ਮੁੱਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਤੇ ਜਾਣ। ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਕਿਸਾਨ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਮਹੀਨਾ ਹੋ ਗਿਆ ਧਰਨਾ ਲੱਗੇ ਨੂੰ, ਅਜੇ ਤੱਕ ਕੋਈ ਨਹੀਂ ਜ਼ਿਆਦਾ ਪੇਮੈਂਟ ਨਹੀਂ ਪਈ। ਸਾਡੀ ਸਰਕਾਰ ਨੂੰ ਚੇਤਾਵਨੀ ਹੈ ਵੀ ਉਹ ਪੇਮੈਂਟ ਸਾਲ ਬਾਅਦ ਕਿਸਾਨ ਗੰਨੇ ਦੇ ਪੈਸੇ ਲੈਣ ਡਿਆ, ਬੜੇ ਅਫਸੋਸ ਦੀ ਗੱਲ। ਉਹ ਪੇਮੈਂਟ ਪੂਰੀ ਪੈਣੀ ਚਾਹੀਦੀ। ਜ਼ਿਲ੍ਹੇ ਦੇ ਵਿੱਚ ਕੱਚਰ ਭੰਨ ਦੇ ਵਿੱਚ ਜਿਹੜਾ ਕਿਸਾਨ ਨੇ ਖੁਦਕੁਸ਼ੀ ਕੀਤੀ ਸੀ, ਉਹਦੇ ਅਜੇ ਤੱਕ ਜਿਹੜੇ ਉਹਦੇ ਮੁਰਜਮ ਸੀ ਉਹਨਾਂ ਨੂੰ ਉਹਨਾਂ 'ਤੇ ਅਜੇ ਤੱਕ ਪਰਚੇ ਨਹੀਂ ਹੋਏ, ਨਾ ਉਹਨਾਂ ਨੂੰ ਅਜੇ ਤੱਕ ਫੜਿਆ ਗਿਆ। ਉਸ ਤੋਂ ਵੀ ਅੱਗੇ ਲੌਕਾ ਖੁਰਦ ਫਿਰੋਜ਼ਪੁਰ ਜ਼ਿਲ੍ਹੇ ਦਾ ਜਿਹੜਾ ਪਿੰਡ ਆ, ਉੱਥੇ ਗਰੀਬਾਂ ਮਜ਼ਦੂਰਾਂ ਦੇ ਮਕਾਨ ਢਾਹ ਦਿੱਤੇ ਗਏ ਨੇ। 2 ਕਿੱਲੇ ਪੈਲੀ ਦੇ ਵਿੱਚ ਝੋਨਾ ਲਾ ਦਿੱਤਾ ਗਿਆ, ਉਹਨਾਂ ਦੇ ਉੱਤੇ ਵੀ ਕੋਈ ਪਰਚਾ ਨਹੀਂ ਅਜੇ ਤੱਕ ਹੋਇਆ। ਉਹਨਾਂ ਦੇ ਪਰਚੇ ਕੀਤੇ ਜਾਣ ਔਰ ਮਜ਼ਦੂਰਾਂ ਨੂੰ ਉਹ ਜਗ੍ਹਾ ਜਿਹੜੀ ਆ ਵਾਪਸ ਦਿੱਤੀ ਜਾਏ।